ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ PSPCL ਔਰ PSTCL ਵਿੱਚ ਲਾਈਨਮੈਨ ਜਾਂ ਸਹਾਇਕ ਲਾਈਨਮੈਨ ਦੀ ਭਰਤੀ ਲਈ ਤਿਆਰੀ ਵਜੋਂ ਕਲਾਸ ਨੰਬਰ 9th ਹੈਗੀ ਹੈ ਔਰ ਯਾਨੀ ਕਿ 9ਵਾਂ ਪਾਰਟ ਹੈ ਜਿਹੜੀ 500 ਇਲੈਕਟ੍ਰੀਕਲ ਨਾਲ ਰਿਲੇਟਡ MCQ ਦੀ ਸੀਰੀਜ਼ ਸ਼ੁਰੂ ਕੀਤੀ ਹੈ ਉਸ ਦਾ ਪਾਰਟ 9 ਦੇ ਵਿੱਚ ਅਸੀਂ ਅੱਜ ਕੁਝ ਇਲੈਕਟ੍ਰੀਕਲ ਦੇ ਕੁਐਸਚਨਾਂ ਬਾਰੇ ਜਾਣਾਂਗੇ। ਸਾਡਾ ਅੱਜ ਦਾ ਪਹਿਲਾ ਕੁਐਸਚਨ ਹੈ, ਜੇਕਰ 2 ਕਿਲੋਵਾਟ ਦੇ ਹੀਟਰ ਨੂੰ ਲਗਾਤਾਰ 10 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾਵੇ ਔਰ 2 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਿੰਨੇ ਰੁਪਏ ਦਾ ਖਰਚ ਆਵੇਗਾ। ਯਾਨੀ ਕਿ 2 ਕਿਲੋਵਾਟ ਦਾ ਹੀਟਰ ਹੈ ਉਹ ਲਗਾਤਾਰ 10 ਘੰਟੇ ਸਪਲਾਈ ਨਾਲ ਜੇ ਜੋੜਿਆ ਜਾਵੇ ਔਰ 2 ਰੁਪਏ ਜੇ 1 ਯੂਨਿਟ ਦਾ ਖਰਚਾ ਆਵੇ ਤਾਂ ਟੋਟਲ ਕਿੰਨਾ ਖਰਚਾ ਆਵੇਗਾ ਜੇ ਅਸੀਂ ਇਸ ਨੂੰ 10 ਘੰਟੇ ਲਈ ਚਲਾ ਰਹੇ ਹਾਂ। ਆਪਸ਼ਨ ਏ ਹੈ 10 ਰੁਪਏ, ਆਪਸ਼ਨ ਬੀ 20 ਰੁਪਏ, ਆਪਸ਼ਨ ਸੀ 40 ਰੁਪਏ ਔਰ ਆਪਸ਼ਨ ਡੀ 80 ਰੁਪਏ। ਤਾਂ ਇਸ ਦੀ ਅਸੀਂ ਕੈਲਕੂਲੇਸ਼ਨ ਕਰਕੇ ਦੇਖਦੇ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ 1 ਕਿਲੋਵਾਟ ਦਾ ਲੋਡ ਜੇਕਰ 1 ਘੰਟੇ ਲਈ ਚਲਾਈਏ ਤਾਂ ਇਸ ਨੂੰ 1 ਕਿਲੋਵਾਟ ਆਰ ਯਾਨੀ ਕਿ 1 ਯੂਨਿਟ ਕੰਜ਼ਿਊਮ ਬਿਜਲੀ ਦਾ ਕੀਤਾ ਅਸੀਂ ਮੰਨਦੇ ਹਾਂ ਕਿ 1 ਕਿਲੋਵਾਟ ਦਾ ਲੋਡ 1 ਘੰਟੇ ਲਈ ਜੇ ਚਲਾਉਂਦੇ ਹਾਂ ਲਗਾਤਾਰ ਤਾਂ 1 ਕਿਲੋਵਾਟ ਆਰ ਤਾਂ ਉਹ 1 ਯੂਨਿਟ ਮੰਨਿਆ ਜਾਂਦਾ, ਬਿਜਲੀ ਦੀ ਖਪਤ ਮੰਨੀ ਜਾਂਦੀ ਹੈ। ਤਾਂ ਇੱਥੇ ਸਾਡੇ ਕੋਲ ਕੀ ਹੈਗਾ, ਜਿਹੜਾ ਲੋਡ ਹੈ ਉਹ 2 ਕਿਲੋਵਾਟ ਦਾ ਹੈਗਾ, ਜਿਹੜਾ ਲੋਡ ਹੈ ਉਹ ਹੈਗਾ 2 ਕਿਲੋਵਾਟ ਦਾ ਔਰ ਕਿੰਨੇ ਘੰਟਿਆਂ ਲਈ ਹੈਗਾ, 10 ਘੰਟੇ ਲਈ। ਤਾਂ ਇੱਥੇ ਅਸੀਂ 10 ਘੰਟੇ ਲਿਖ ਦਾਂਗੇ ਤਾਂ ਇਹ ਸਾਡੇ ਕੋਲ ਕਿੰਨਾ ਆ ਗਿਆ, 20 ਕਿਲੋਵਾਟ ਆਰ। ਤਾਂ ਇਹ ਸਾਡੇ ਕੋਲ 20 ਯੂਨਿਟ ਜਿਹੜਾ ਕੰਜ਼ਿਊਮ ਹੋਇਆ ਇਲੈਕਟ੍ਰੀਸਿਟੀ ਦੇ ਔਰ 2 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰਚ ਪੁੱਛਿਆ ਤਾਂ 20 ਯੂਨਿਟ ਹੈਗੇ ਆ, ਇਹਨੂੰ ਮਲਟੀਪਲਾਈ ਅਸੀਂ 2 ਰੁਪਏ ਜਿਹੜਾ ਰੇਟ ਆ ਉਸ ਦੇ ਨਾਲ 2 ਨਾਲ ਕਰਾਂਗੇ ਤਾਂ 20 × 40। ਤਾਂ ਇੱਥੇ ਜਿਹੜੇ 40 ਰੁਪਏ ਖਰਚ ਆਵੇਗਾ ਜੇ ਅਸੀਂ 2 ਕਿਲੋਵਾਟ ਦਾ ਲੋਡ ਲਗਾਤਾਰ 10 ਘੰਟੇ ਲਈ ਚਲਾਵਾਂਗੇ ਔਰ 2 ਰੁਪਏ ਜੇ ਯੂਨਿਟ ਦਾ ਰੇਟ ਹੈ ਤਾਂ 40 ਰੁਪਏ ਖਰਚ ਇਸਦਾ ਆਵੇਗਾ। ਤਾਂ ਇਸਦੀ ਆਪਸ਼ਨ ਜਿਹੜੀ ਹੈਗੀ ਹੈ ਉਹ ਸੀ ਸਹੀ ਹੈ ਇਸ ਕੁਐਸਚਨ ਦੀ। ਨੈਕਸਟ ਕੁਐਸਚਨ ਹੈ, ਡਾਇਲੈਕਟ੍ਰਿਕ ਸਟਰੈਂਥ ਦੀ ਇਕਾਈ ਕੀ ਹੈ, ਯਾਨੀ ਕਿ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਆ ਉਸਦਾ ਯੂਨਿਟ ਕੀ ਆ, ਉਸਨੂੰ ਕਿਸ ਵਿੱਚ ਮਾਪਦੇ ਹਾਂ। ਆਪਸ਼ਨ ਏ ਹੈ kV/mm, ਆਪਸ਼ਨ ਬੀ kA/mm, ਆਪਸ਼ਨ ਸੀ kW/mm ਔਰ ਆਪਸ਼ਨ ਡੀ kW/mm। ਤਾਂ ਇਸ ਦੇ ਵਿੱਚ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੈ ਉਹ ਉਸ ਤੋਂ ਭਾਵ ਕੀ ਹੈ, ਕਿਸ ਨੂੰ ਕਹਿੰਦੇ ਡਾਇਲੈਕਟ੍ਰਿਕ ਸਟਰੈਂਥ। ਇਹ ਕਿਸੇ ਵੀ ਜਿਹੜਾ ਇੰਸੂਲੇਟਰ ਹੈ, ਜਿਹੜਾ ਇੱਕ ਬਿਜਲੀ ਦਾ ਰੋਧਕ ਹੈ, ਉਸਦੀ 1 ਮਿਲੀਮੀਟਰ ਯਾਨੀ ਕਿ 1 mm ਦੀ ਜਿਹੜੀ ਮੋਟੀ ਤੈਅ ਹੈਗੀ ਆ ਉਹ ਜਿੰਨੀ ਵੋਲਟੇਜ ਸਹਾਰ ਸਕਦੀ ਹੈ ਉਹ ਉਸਨੂੰ ਡਾਇਲੈਕਟ੍ਰਿਕ ਸਟਰੈਂਥ ਕਿਹਾ ਜਾਂਦਾ ਉਸ ਮਟੀਰੀਅਲ ਦੀ। ਤਾਂ ਇਸਦਾ ਜਿਹੜਾ ਯੂਨਿਟ ਹੈ, ਇਸਦੀ ਇਕਾਈ ਹੈ ਮਾਪਣ ਦੀ, ਉਹ kV ਯਾਨੀ ਕਿ ਕਿਲੋ ਵੋਲਟ ਪਰ mm ਜਿਹੜੀ ਉਹਦਾ ਯੂਨਿਟ ਹੈ ਉਸਨੂੰ ਇਕਾਈ ਹੈ ਮਾਪਣ ਦੀ। ਤਾਂ ਇਸਦੀ ਆਪਸ਼ਨ ਏ ਸਹੀ ਹੈ। ਨੈਕਸਟ ਕੁਐਸਚਨ ਹੈ, ਕਿਲੋ ਕੈਲੋਰੀ ਕਿਸ ਦੀ ਇਕਾਈ ਹੈ, ਆਪਸ਼ਨ ਏ ਪਾਵਰ, ਆਪਸ਼ਨ ਬੀ ਹੀਟ, ਆਪਸ਼ਨ ਸੀ ਚਾਰਜ ਔਰ ਆਪਸ਼ਨ ਡੀ ਫੋਰਸ। ਤਾਂ ਜਿਹੜੀ ਕਿਲੋ ਕੈਲੋਰੀ ਹੈ, 1 ਕਿਲੋ ਕੈਲੋਰੀ ਹੈ ਉਹ 1000 ਕੈਲੋਰੀ ਦੇ ਬਰਾਬਰ ਹੈਗੀ ਆ, ਕਿਲੋ ਯਾਨੀ ਕਿ 1000 ਅਸੀਂ ਕਹਿ ਦਿੰਦੇ ਹਾਂ। ਇਹ ਇੱਕ ਅਮਾਊਂਟ ਹੈਗੀ ਹੈ ਜਿਹੜੀ ਹੀਟ ਨੂੰ ਜਿਹੜੀ ਰਾਈਜ਼ ਕਰਦੀ ਹੈ ਟੈਂਪਰੇਚਰ ਨੂੰ, ਉਸਦਾ 1 ਕਿਲੋ
ਜਿਹੜਾ ਵਾਟਰ ਹੈਗਾ ਉਸਨੂੰ 1 ਡਿਗਰੀ ਸੈਲਸੀਅਸ ਜਿਹੜਾ ਚੇਂਜ ਕਰਦੀ ਹੈ ਉਸਦੇ ਟੈਂਪਰੇਚਰ ਦੇ ਵਿੱਚ, ਉਸ ਨੂੰ ਅਸੀਂ 1 ਕਿਲੋ ਕੈਲੋਰੀ ਕਹਿ ਦਿੰਦੇ ਹਾਂ। ਔਰ SI ਸਟੈਂਡਰਡ ਯੂਨਿਟ ਦੇ ਵਿੱਚ ਜਿਹੜੀ ਹੈਗੀ ਹੈ ਇਹ ਜੂਲ ਦੀ ਇਕਾਈ ਹੈ, ਲੇਕਿਨ ਇਸ ਦੇ ਵਿੱਚ ਜਿਹੜਾ ਦਿੱਤੀਆਂ ਆਪਸ਼ਨ ਤਾਂ ਜਿਹੜਾ ਬ੍ਰਿਟਿਸ਼ ਥਰਮਲ ਯੂਨਿਟ ਹੈ BTU ਉਸ ਦੇ ਅਨੁਸਾਰ ਇਹ ਹੀਟ ਦੀ ਜਿਹੜੀ ਯੂਨਿਟ ਹੈਗਾ ਇਹਨਾਂ ਦੇ ਵਿੱਚ ਜਿਹੜੀਆਂ ਆਪਸ਼ਨ ਦਿੱਤੀਆਂ, ਤਾਂ ਇਸ ਦੇ ਵਿੱਚ ਜਿਹੜੀ ਆਪਸ਼ਨ B ਇਸ ਦੀ ਸਹੀ ਹੈ। ਨੈਕਸਟ ਕੁਐਸਚਨ ਹੈ ਕਪੈਸਟੈਂਸ ਦੀ ਇਕਾਈ ਕੀ ਹੈ, ਕਪੈਸਟੈਂਸ ਦਾ ਜਿਹੜਾ ਯੂਨਿਟ ਕੀ ਹੈਗਾ, ਆਪਸ਼ਨ A ਕੁਲਮ, ਆਪਸ਼ਨ B ਫੈਰਡ, ਆਪਸ਼ਨ C ਓਹਮ ਔਰ ਆਪਸ਼ਨ D ਮੋਹ। ਤਾਂ ਜਿਹੜੀ ਕਪੈਸਟੈਂਸ ਹੈ ਉਸਦੀ ਜਿਹੜੀ ਇਕਾਈ ਹੈ ਉਸਦਾ ਯੂਨਿਟ ਹੈ ਉਹ ਫੈਰਡ ਹੈਗਾ, ਫੈਰਡ ਦੇ ਵਿੱਚ ਜਿਹੜੀ ਕਪੈਸਟੈਂਸ ਮਾਪੀ ਜਾਂਦੀ ਹੈ, ਤਾਂ ਆਪਸ਼ਨ ਇਸ ਦੀ B ਸਹੀ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀਆਂ ਬੇਸਿਕ ਜਿਹੜੀਆਂ ਟਰਮਸ ਹੈਗੀਆਂ ਉਹਨਾਂ ਦੇ ਯੂਨਿਟ ਦੇ ਬਾਰੇ ਜ਼ਿਆਦਾਤਰ ਕੁਐਸਚਨ ਲੈ ਰਹੇ ਹਾਂ, ਕਿਉਂਕਿ ਕਈ ਵਾਰ ਅਸੀਂ ਕੁਛ ਸਿੰਪਲ ਕੁਐਸਚਨ ਹੁੰਦੇ ਆ ਉਹ ਛੱਡ ਦਿੰਦੇ ਹਾਂ, ਔਰ ਜ਼ਿਆਦਾਤਰ ਕੰਪੀਟੀਸ਼ਨ ਟੈਸਟ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਵੀ ਆ ਜਾਂਦੇ ਆ। ਨੈਕਸਟ ਕੁਐਸਚਨ ਹੈ ਇੰਡਕਟੈਂਸ ਦੀ ਇਕਾਈ ਕੀ ਹੈ, ਇੰਡਕਟੈਂਸ ਦਾ ਯੂਨਿਟ ਪੁੱਛਿਆ, ਆਪਸ਼ਨ A ਓਹਮ, ਆਪਸ਼ਨ B ਵੋਲਟ, ਆਪਸ਼ਨ C ਵਾਟ ਔਰ ਆਪਸ਼ਨ D ਹੈਨਰੀ। ਤਾਂ ਇੰਡਕਟੈਂਸ ਕੀ ਹੁੰਦੀ ਹੈ, ਇਹ ਕਿਸੇ ਕੋਇਲ ਦਾ ਉਹ ਗੁਣ ਹੈ ਜਿਸ ਦੇ ਕਾਰਨ ਇਸ ਦੇ ਵਿੱਚ ਫਲਕਸ ਦੇ ਘਟਣ ਜਾਂ ਵਧਣ ਦੇ ਨਾਲ EMF ਜਿਹੜਾ ਉਹ ਇੰਡਿਊਸ ਹੋ ਜਾਂਦਾ, ਔਰ ਲੇਕਿਨ ਇਹ ਜਿਹੜਾ EMF ਇੰਡਿਊਸ ਹੋਇਆ ਇਹ ਜਿਸ ਦੇ ਕਾਰਨ ਇੰਡਿਊਸ ਹੋਇਆ ਉਸਦਾ ਹੀ ਵਿਰੋਧ ਕਰਦਾ, ਤਾਂ ਇਸ ਨੂੰ ਅਸੀਂ ਇੰਡਕਟੈਂਸ ਕਹਿ ਦਿੰਦੇ ਹਾਂ, ਕਿਸੇ ਕੋਇਲ ਦੇ ਗੁਣ ਨੂੰ ਇੰਡਕਟੈਂਸ ਕਹਿੰਦੇ ਹਾਂ। ਇਸ ਨੂੰ ਅਸੀਂ L ਦੇ ਨਾਲ ਦਰਸਾਉਂਦੇ ਹਾਂ, ਔਰ ਜਿਹੜੀ ਇਸ ਨੂੰ ਮਾਪਣ ਦੀ ਇਕਾਈ ਹੈ ਜਿਹੜਾ ਇਹਦਾ ਯੂਨਿਟ ਆ ਉਹ ਹੈਨਰੀ ਹੈ, ਹੈਨਰੀ ਹੈ। ਤਾਂ ਆਪਸ਼ਨ ਇਸ ਦੀ D ਸਹੀ ਹੈ ਇਸ ਕੁਐਸਚਨ ਦੀ। ਨੈਕਸਟ ਕੁਐਸਚਨ ਹੈ ਫ੍ਰੀਕੁਐਂਸੀ ਦੀ ਇਕਾਈ ਕੀ ਹੈ, ਫ੍ਰੀਕੁਐਂਸੀ ਨੂੰ ਮਾਪਣ ਦੀ ਕੀ ਇਕਾਈ ਹੈ, ਆਪਸ਼ਨ A ਕੁਲਮ, ਆਪਸ਼ਨ B ਹਰਟਸ, ਆਪਸ਼ਨ C ਹੈਨਰੀ ਔਰ ਆਪਸ਼ਨ D ਨਿਊਟਨ। ਤਾਂ ਜਿਹੜੀ ਫ੍ਰੀਕੁਐਂਸੀ ਨੂੰ ਮਾਪਣ ਦੀ ਇਕਾਈ ਹੈ ਇਸ ਦਾ ਯੂਨਿਟ ਹੈ ਉਹ ਹਰਟਸ ਹੈ, ਹਰਟਸ ਦੇ ਵਿੱਚ ਅਸੀਂ ਫ੍ਰੀਕੁਐਂਸੀ ਮਾਪਦੇ ਹਾਂ, ਇਸ ਨੂੰ HZ ਦੇ ਨਾਲ ਦਰਸਾਇਆ ਜਾਂਦਾ, ਤਾਂ ਆਪਸ਼ਨ ਇਸ ਦੀ B ਸਹੀ ਹੈ। ਨੈਕਸਟ ਕੁਐਸਚਨ ਇੰਡਕਟਿਵ ਰਿਐਕਟੈਂਸ ਦੀ ਇਕਾਈ ਕੀ ਹੈ, ਆਪਸ਼ਨ A ਓਹਮ, ਆਪਸ਼ਨ B ਮੋਹ, ਆਪਸ਼ਨ C ਨਿਊਟਨ ਔਰ ਆਪਸ਼ਨ D ਹੈਨਰੀ। ਤਾਂ ਜਿਹੜੀ ਇੰਡਕਟਿਵ ਰਿਐਕਟੈਂਸ ਹੈ ਉਹ ਕਿਸੇ ਕੋਇਲ ਦਾ ਜਿਹੜਾ ਇਫੈਕਟਿਵ ਵਿਰੋਧ ਹੋ ਰਿਹਾ, ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਇੰਡਕਟੈਂਸ ਦੇ ਕਾਰਨ ਉਸਦੇ ਵਿੱਚ ਜਿਹੜੀ ਵਿਰੋਧ ਹੁੰਦਾ, ਤਾਂ ਉਸ ਨੂੰ ਅਸੀਂ ਇੰਡਕਟਿਵ ਰਿਐਕਟੈਂਸ ਕਹਿ ਦਿੰਦੇ ਹਾਂ, ਇਸ ਨੂੰ ਅਸੀਂ XL ਦੇ ਨਾਲ ਦਰਸਾਉਂਦੇ ਹਾਂ, ਔਰ ਜਿਹੜੀ ਇਹਦੀ ਮਾਪਣ ਦੀ ਇਕਾਈ ਹੈਗੀ ਹੈ ਜਿਹੜਾ ਇਹਦਾ ਯੂਨਿਟ ਹੈ ਉਹ ਓਹਮ ਹੈ, ਤਾਂ ਇਸ ਦੀ ਜਿਹੜੀ ਆਪਸ਼ਨ A ਸਹੀ ਹੈ। ਨੈਕਸਟ ਆ ਗਿਆ ਕਪੈਸਟਿਵ ਰਿਐਕਟੈਂਸ ਦੀ ਇਕਾਈ ਕੀ ਹੈ, ਆਪਸ਼ਨ A ਮੋਹ, ਆਪਸ਼ਨ B ਓਹਮ, ਆਪਸ਼ਨ C ਹੈਨਰੀ ਔਰ ਆਪਸ਼ਨ D ਨਿਊਟਨ। ਤਾਂ ਜਿਹੜੀ ਕਪੈਸਟਿਵ ਰਿਐਕਟੈਂਸ ਹੈ ਉਹ ਕੀ ਹੈ ਕਿ ਇਹ ਕਿਸੇ ਕਪੈਸਟਰ ਦੁਆਰਾ ਜਿਹੜੀ ਉਸਦੇ ਵਿੱਚ ਉਤਪੰਨ ਹੋਇਆ ਵਿਰੋਧ ਹੈਗਾ ਔਰ ਉਸਦਾ ਜਿਹੜਾ ਰਜਿਸਟੈਂਸ ਉਸਦੀ ਇੰਟਰਨਲ ਹੋ ਰਹੀ ਹੈ ਉਸ ਨੂੰ ਅਸੀਂ XC ਨਾਲ ਦਰਸਾਉਂਦੇ ਹਾਂ, ਔਰ ਇਸ ਨੂੰ ਜਿਹੜੀ ਮਾਪਣ ਦੀ ਇਕਾਈ ਆ ਉਹ ਵੀ ਓਹਮ ਹੈ, ਤਾਂ ਇਸ ਦੀ ਆਪਸ਼ਨ ਵੀ B ਸਹੀ ਹੈ। ਨੈਕਸਟ ਕੁਐਸਚਨ ਕਿਲੋਵਾਟ ਆਰ ਕਿਸ ਦੀ ਇਕਾਈ ਹੈ, ਇਸ ਦੇ ਵਿੱਚ ਪੁੱਛਿਆ ਕਿਲੋਵਾਟ ਆਰ ਕਿਸ ਦੀ ਇਕਾਈ ਹੈਗੀ ਹੈ, ਆਪਸ਼ਨ A ਕੁਲਮ, ਆਪਸ਼ਨ B ਐਨਰਜੀ, ਆਪਸ਼ਨ C ਚਾਰਜ ਔਰ ਆਪਸ਼ਨ D ਟਾਰਕ। ਤਾਂ ਜਿਹੜੀ ਕਿਲੋਵਾਟ ਆਰ ਹੈਗੀ ਆ ਉਹ ਐਨਰਜੀ ਦੀ ਜਿਹੜੀ ਯੂਨਿਟ ਆ, ਤਾਂ ਇਸ ਨੂੰ ਅਸੀਂ ਆਪਸ਼ਨ B ਸਹੀ ਕਹਾਂਗੇ। ਨੈਕਸਟ ਕੁਐਸਚਨ ਹੈ ਨਿਊਟਨ ਮੀਟਰ ਕਿਸ ਦੀ ਇਕਾਈ ਹੈ, ਆਪਸ਼ਨ A ਟਾਰਕ, ਆਪਸ਼ਨ B ਪਾਵਰ, ਆਪਸ਼ਨ C ਐਨਰਜੀ ਔਰ ਆਪਸ਼ਨ D ਕੰਮ ਯਾਨੀ ਕਿ ਵਰਕ ਦੀ। ਤਾਂ ਜਿਹੜੀ ਨਿਊਟਨ ਮੀਟਰ ਹੈਗੀ ਆ ਉਹ ਟਾਰਕ ਦੀ ਯੂਨਿਟ ਹੈ, ਟਾਰਕ ਜਿਹੜਾ ਅਸੀਂ ਮੇਜ਼ਰ ਕਰਦੇ ਹਾਂ ਨਿਊਟਨ ਮੀਟਰ ਦੇ ਵਿੱਚ ਮੇਜ਼ਰ ਕਰਦੇ ਹਾਂ, ਤਾਂ ਆਪਸ਼ਨ ਇਸ ਦੀ A ਸਹੀ ਹੈ। ਨੈਕਸਟ ਕੁਐਸਚਨ ਹੈ
ਚਾਰ ਹੀਟਿੰਗ ਐਲੀਮੈਂਟ ਤੋਂ ਵੱਧ ਜਿਹੜਾ ਤਾਪ ਪ੍ਰਾਪਤ ਕਰਨ ਲਈ ਇਹਨਾਂ ਨੂੰ ਕਿਸ ਤਰ੍ਹਾਂ ਜੋੜੋਂਗੇ, ਯਾਨੀ ਕਿ ਚਾਰ ਹੀਟਿੰਗ ਐਲੀਮੈਂਟ ਹੈਗੇ ਆ, ਉਹਨਾਂ ਤੋਂ ਅਸੀਂ ਜੇ ਮੈਕਸੀਮਮ ਹੀਟ ਪ੍ਰਾਪਤ ਕਰਨੀ ਹੈ ਤਾਂ ਕਿਸ ਤਰ੍ਹਾਂ ਉਹਨਾਂ ਦੇ ਕਨੈਕਸ਼ਨ ਹੋਣਗੇ। ਆਪਸ਼ਨ ਏ, ਦੋ ਪੈਰਲਲ ਜੋੜਿਆਂ ਨੂੰ ਸੀਰੀਜ਼ ਵਿੱਚ ਜੋੜ ਕੇ, ਆਪਸ਼ਨ ਬੀ, ਸਾਰਿਆਂ ਨੂੰ ਸੀਰੀਜ਼ ਵਿੱਚ ਜੋੜ ਕੇ, ਆਪਸ਼ਨ ਸੀ, ਇੱਕ ਜੋੜੇ ਨੂੰ ਪੈਰਲਲ ਅਤੇ ਦੂਸਰੇ ਜੋੜੇ ਨੂੰ ਸੀਰੀਜ਼ ਵਿੱਚ ਜੋੜ ਕੇ, ਔਰ ਆਪਸ਼ਨ ਡੀ, ਸਾਰਿਆਂ ਨੂੰ ਪੈਰਲਲ ਵਿੱਚ ਜੋੜ ਕੇ। ਤਾਂ ਇਸ ਦੇ ਨਾਲ ਹੀ ਅਸੀਂ ਥੋੜ੍ਹਾ ਕਨੈਕਸ਼ਨ ਦੇ ਤੌਰ 'ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੂੰ ਜੋੜਾਂਗੇ। ਜਿਵੇਂ ਕੁਐਸਚਨ ਦੇ ਵਿੱਚ ਦੱਸਿਆ ਸੀਗਾ ਕਿ ਚਾਰ ਹੀਟਿੰਗ ਐਲੀਮੈਂਟ ਨੇ, ਚਾਰ ਹੀਟਿੰਗ ਐਲੀਮੈਂਟ ਨੇ, ਜਦੋਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪੈਰਲਲ ਵਿੱਚ ਕਨੈਕਟ ਕਰਾਂਗੇ ਤਾਂ ਜਿਹੜੇ ਚਾਰੋ ਹੀਟਿੰਗ ਐਲੀਮੈਂਟ ਨੇ ਉਹ ਆਪਣੀ ਪਾਵਰ ਦੇਣਗੇ, ਹੀਟਿੰਗ ਐਨਰਜੀ ਦੇਣਗੇ। ਤਾਂ ਉਸ ਸਮੇਂ ਕੀ ਆ, ਮੈਕਸੀਮਮ ਸਾਨੂੰ ਪਾਵਰ ਮਿਲੇਗੀ, ਮੈਕਸੀਮਮ ਪਾਵਰ ਮਿਲੇਗੀ। ਤਾਂ ਉਹ ਇਹਨਾਂ ਨੂੰ ਜੇ ਅਸੀਂ ਵੱਧ ਤੋਂ ਵੱਧ ਹੀਟਿੰਗ ਜਿਹੜੀ ਐਲੀਮੈਂਟ ਤੋਂ ਹੀਟ ਪ੍ਰਾਪਤ ਕਰਨੀ ਹੈ ਤਾਂ ਸਾਰਿਆਂ ਨੂੰ ਪੈਰਲਲ ਵਿੱਚ ਜੋੜਨਾ ਪਵੇਗਾ। ਤਾਂ ਇਸਦੀ ਜਿਹੜੀ ਆਪਸ਼ਨ ਹੈ ਉਹ ਜਿਹੜੇ ਡੀ ਸਹੀ ਹੈ, ਸਾਰਿਆਂ ਨੂੰ ਪੈਰਲਲ ਵਿੱਚ ਜੋੜ ਕੇ। ਨੈਕਸਟ ਕੁਐਸਚਨ ਹੈ, ਸੁਚਾਲਕਤਾ ਦੀ ਇਕਾਈ ਕੀ ਹੈ? ਸੁਚਾਲਕਤਾ ਮੀਨਸ ਇਹ ਕਿਸੇ ਕੰਡਕਟਰ ਦਾ ਗੁਣ ਹੈ ਕਿ ਆਪਣੇ ਵਿੱਚੋਂ ਜਿਹੜਾ ਕਰੰਟ ਨੂੰ ਕਿੰਨੀ ਆਸਾਨੀ ਨਾਲ ਫਲੋ ਕਰਾਉਂਦਾ ਹੈ ਬਿਨਾਂ ਕਿਸੇ ਰੁਕਾਵਟ ਤੋਂ, ਉਸਨੂੰ ਅਸੀਂ ਉਸ ਪਦਾਰਥ ਦੀ ਸੁਚਾਲਕਤਾ ਕਹਿੰਦੇ ਹਾਂ। ਤਾਂ ਆਪਸ਼ਨ ਏ ਕੁਲੰਬ, ਆਪਸ਼ਨ ਬੀ ਓਹਮ, ਆਪਸ਼ਨ ਸੀ ਨਿਊਟਨ, ਔਰ ਆਪਸ਼ਨ ਡੀ ਮੋਹੋ। ਤਾਂ ਜਿਹੜੀ ਸੁਚਾਲਕਤਾ ਹੈਗੀ ਆ ਇਹ ਕਰੰਟ ਨੂੰ ਆਸਾਨੀ ਨਾਲ ਲੰਘਾਉਣ ਦੀ ਹੈਗੀ ਹੈ, ਜਦੋਂ ਕਿ ਰਜਿਸਟੈਂਸ ਇਸ ਦੇ ਉਲਟ ਹੁੰਦੀ ਹੈ, ਜਿਹੜੀ ਕਿ ਇੱਕ ਕਰੰਟ ਦੇ ਰਾਸਤੇ ਰੁਕਾਵਟ ਹੁੰਦੀ ਹੈ। ਤਾਂ ਰਜਿਸਟੈਂਸ ਅਸੀਂ ਓਹਮ ਕਹਿੰਦੇ ਹਾਂ, ਲੇਕਿਨ ਤਾਂ ਜਿਹੜੀ ਸੁਚਾਲਕਤਾ ਹੈਗੀ ਆ ਉਹ ਰਜਿਸਟੈਂਸ ਦਾ ਉਲਟ ਹੈਗੀ ਆ, ਓਹਮ ਤੋਂ ਉਲਟ ਹੈਗੀ ਆ। ਤਾਂ ਇਹਦਾ ਜਿਹੜਾ ਨਾਮ ਹੈਗਾ ਓਹਮ, ਇਸ ਨੂੰ ਉਲਟ ਲਿਖਿਆ ਜਾਂਦਾ, ਐਮ ਐਚ ਓ ਮੋਹੋ ਬਣ ਜਾਂਦਾ। ਤਾਂ ਆਪਸ਼ਨ ਜਿਹੜੀ ਸੁਚਾਲਕਤਾ ਜਿਹਨੂੰ ਅਸੀਂ ਜੀ ਨਾਲ ਦਰਸਾਉਂਦੇ ਹਾਂ, ਇਸਦਾ ਜਿਹੜਾ ਯੂਨਿਟ ਹੈ ਉਹ ਮੋਹੋ ਹੈਗਾ। ਤਾਂ ਆਪਸ਼ਨ ਇਸਦੀ ਡੀ ਸਹੀ ਹੈਗੀ ਹੈ। ਨੈਕਸਟ ਕੁਐਸਚਨ ਹੈ, ਬਿਜਲੀ ਵਾਹਕ ਬਲ ਯਾਨੀ ਕਿ ਈ ਐੱਮ ਐੱਫ, ਜਿਸ ਨੂੰ ਅਸੀਂ ਇਲੈਕਟ੍ਰੋਮੋਟਿਵ ਫੋਰਸ ਯਾਨੀ ਕਿ ਇਲੈਕਟ੍ਰੋਨਾਂ ਨੂੰ ਮੋਟਿਵ ਕਰਨ ਵਾਲੀ ਫੋਰਸ ਕਹਿ ਦਿੰਦੇ ਹਾਂ, ਦੀ ਇਕਾਈ ਕੀ ਹੈ? ਇਸਦਾ ਯੂਨਿਟ ਪੁੱਛਿਆ। ਆਪਸ਼ਨ ਏ ਐਮਪੀਅਰ, ਆਪਸ਼ਨ ਬੀ ਨਿਊਟਨ, ਆਪਸ਼ਨ ਸੀ ਵੋਲਟ, ਔਰ ਆਪਸ਼ਨ ਡੀ ਉਪਰੋਕਤ ਕੋਈ ਵੀ ਨਹੀਂ। ਤਾਂ ਜਿਹੜੀ ਈ ਐੱਮ ਐੱਫ ਹੈ ਯਾਨੀ ਕਿ ਬਿਜਲੀ ਵਾਹਕ ਬਲ ਹੈ, ਉਸਦਾ ਜਿਹੜਾ ਯੂਨਿਟ ਹੈ ਉਹ ਵੋਲਟ ਹੈਗਾ, ਵੋਲਟ ਦੇ ਵਿੱਚ ਮੇਜ਼ਰ ਕੀਤੀ ਜਾਂਦੀ ਹੈ। ਤਾਂ ਆਪਸ਼ਨ ਇਸਦੀ ਸੀ ਸਹੀ ਹੈ। ਨੈਕਸਟ ਕੁਐਸਚਨ ਹੈ, ਫੋਰਸ ਕਿਸ ਦੁਆਰਾ ਮਾਪੀ ਜਾਂਦੀ ਹੈ? ਆਪਸ਼ਨ ਏ ਨਿਊਟਨ, ਆਪਸ਼ਨ ਬੀ ਕੁਲਮ, ਆਪਸ਼ਨ ਸੀ ਚਾਰਜ, ਔਰ ਆਪਸ਼ਨ ਡੀ ਓਹਮ। ਤਾਂ ਜਿਹੜੀ ਫੋਰਸ ਹੈ ਉਹ ਨਿਊਟਨ ਦੇ ਵਿੱਚ ਮਾਪੀ ਜਾਂਦੀ ਹੈ, ਨਿਊਟਨ ਇਸਦਾ ਯੂਨਿਟ ਹੈਗਾ। ਤਾਂ ਆਪਸ਼ਨ ਇਸਦੀ ਏ ਸਹੀ ਹੈਗੀ ਹੈ। ਨੈਕਸਟ ਕੁਐਸਚਨ, ਐਮਪੀਅਰ ਆਰ ਏ ਐੱਚ ਲਿਖਿਆ, ਇਹ ਕਿਸ ਦੀ ਇਕਾਈ ਹੈਗੀ ਆ? ਆਪਸ਼ਨ ਏ ਐਨਰਜੀ, ਆਪਸ਼ਨ ਬੀ ਵਿਲੋਸਿਟੀ, ਆਪਸ਼ਨ ਸੀ ਪਾਵਰ, ਔਰ ਆਪਸ਼ਨ ਡੀ ਚਾਰਜ। ਤਾਂ ਇਹਨਾਂ ਆਪਸ਼ਨ ਦੇ ਵਿੱਚ ਜਿਹੜਾ ਐਮਪੀਅਰ ਆਰ ਹੈਗਾ ਉਹ ਚਾਰਜ ਦੀ ਇਕਾਈ ਹੈਗੀ ਆ, ਜਿਹੜਾ ਇਲੈਕਟ੍ਰਿਕ ਚਾਰਜ ਇੱਥੇ ਲਿਖ ਲੈਣਾ, ਇਲੈਕਟ੍ਰਿਕ ਚਾਰਜ ਦੀ ਇਕਾਈ ਹੈਗੀ ਹੈ ਐਮਪੀਅਰ ਆਰ। ਤਾਂ ਆਪਸ਼ਨ ਇਸਦੀ ਡੀ ਸਹੀ ਹੈਗੀ ਹੈ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ, ਔਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ। ਔਰ ਜਿਹੜੇ ਸਾਥੀ ਇਸ ਚੈਨਲ 'ਤੇ ਨਵੇਂ ਨੇ ਔਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਇਸ ਨੂੰ ਜ਼ਰੂਰ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮੱਚ।